ਸੰਗਰੂਰ ਕੋਰਟ ਦੇ ਵਿੱਚ ਖੜਿਆਂ ਤੁਹਾਨੂੰ ਦੱਸ ਦਈਏ ਕਿ ਕੈਬਨਿਟ ਮਿਨਿਸਟਰ ਅਮਨ ਅਰੋੜਾ ਨੂੰ ਸੰਗਰੂਰ ਕੋਰਟ ਦੇ ਵੱਲੋਂ ਵੱਡੀ ਰਾਹਤ ਮਿਲ ਗਈ ਹੈ। ਜੋ ਉਹਨਾਂ ਦੇ ਜੀਜਾ ਰਜਿੰਦਰ ਦੀਪਾ ਦੇ ਨਾਲ 15 ਸਾਲ ਪੁਰਾਣਾ ਕੇਸ ਚੱਲ ਰਿਹਾ ਸੀ, ਸੁਨਾਮ ਕੋਰਟ ਦੇ ਵੱਲੋਂ ਉਹਨਾਂ ਨੂੰ ਅਤੇ ਉਹਨਾਂ ਦੇ ਹੋਰ ਸਾਥੀਆਂ ਨੂੰ 2-2 ਸਾਲ ਦੀ ਸਜ਼ਾ ਸੁਣਾਈ ਗਈ ਸੀ, ਤਾਂ ਅਮਨ ਅਰੋੜਾ ਨੇ ਉਸ ਕੇਸ ਨੂੰ ਸੰਗਰੂਰ ਕੋਰਟ 'ਚ ਚੈਲੇਂਜ ਕੀਤਾ ਸੀ, ਪਰ ਸੰਗਰੂਰ ਕੋਰਟ ਦੇ ਵੱਲੋਂ ਹੁਣ ਉਸ ਕੇਸ ਦੇ ਉੱਪਰ ਸਟੇਅ ਲਗਾ ਦਿੱਤੀ ਗਈ ਹੈ। ਜੋ ਸਜ਼ਾ ਸੁਣਾਈ ਗਈ ਸੀ ਉਹਦੇ ਉੱਪਰ ਸਟੇਅ ਲਗਾ ਦਿੱਤੀ ਗਈ ਆ। ਵਕੀਲ ਸਾਹਿਬ ਨਾਲ ਗੱਲ ਕਰਦੇ ਹਾਂ, ਪੂਰਾ ਮਾਮਲਾ ਕੀ ਆ ਸਰ, ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਅਮਨ ਅਰੋੜਾ ਨੂੰ ਵੱਡੀ ਰਾਹਤ ਮਿਲੀ ਆ, ਪੂਰੀ ਡਿਟੇਲ ਦੇ ਦਿਓ ਜੀ। ਇਹ ਸੀਗਾ ਜੀ, ਸਾਡੇ 2-2 ਸਾਲ ਦੀ ਜਦੋਂ ਕਨਵਿਕਸ਼ਨ ਹੋਈ ਹੈਗੀ ਹੈ ਤਾਂ ਉਹਦੇ 'ਚ ਇੱਥੇ ਅਪੀਲ ਫਾਈਲ ਕੀਤੀ, ਅਪੀਲ ਫਾਈਲ ਕਰਕੇ ਉਹਦੇ 'ਚ ਨਾਲ ਅਸੀਂ ਕਨਵਿਕਸ਼ਨ ਜਿਹੜੀ ਸੀਗੀ ਵੀ ਕਨਵਿਕਸ਼ਨ ਸਟੇਅ ਕੀਤੀ ਜਾਵੇ, ਉਹਦੀ ਐਪਲੀਕੇਸ਼ਨ ਲਗਾਈ ਸੀ, ਜਿਹਦੇ ਤੁਸੀਂ ਪਹਿਲਾਂ ਵੀ ਦੇਖਿਆ ਹੈਗਾ ਕਿੰਨੀ ਬਹਿਸ ਹੋਈ, ਲੰਬੀ ਚੌੜਗਾ ਹੋਈ। ਉਹਦੇ ਪਹਿਲਾਂ 31 ਤਰੀਕ ਤੱਕ ਇੰਟਰਮ ਮਿਲ ਗਿਆ ਸੀ ਅਤੇ ਅੱਜ ਫਿਰ ਜੱਜ ਸਾਹਿਬ ਨੇ ਫਾਈਨਲ ਜਿਹੜਾ ਹੈਗਾ ਪਾਸ ਆਰਡਰ ਕਰਤਾ, ਅਤੇ ਜਿੰਨਾ ਚਿਰ ਇਹ ਅਪੀਲ ਦਾ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਇਹ ਕਨਵਿਕਸ਼ਨ ਜਿਹੜੀ ਹੈਗੀ ਹੈ ਸਟੇਅ ਰਹੇਗੀ। ਸਰ ਮਾਮਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਜਿਵੇਂ ਗੱਲ 25 ਤਰੀਕ ਦੀ ਕਰੀਏ ਤਾਂ 25 ਤਰੀਕ ਨੂੰ ਸਵੇਰੇ 10:30 ਤੋਂ ਲੈ ਕੇ ਸ਼ਾਮ 7 ਵਜੇ ਤੱਕ ਦੋਨੇ ਜਿਹੜੇ ਪੱਖਾਂ ਦੀ ਜਿਹੜੀ ਦਲੀਲਾਂ ਚੱਲਦੀਆਂ ਰਹੀਆਂ ਨੇ, ਤਾਂ ਇਹ ਮਾਮਲਾ ਕਿਸ ਤਰੀਕੇ ਨਾਲ ਦੇਖਦੇ ਹੋ? ਉਹ 24 ਨੂੰ ਹੋਇਆ ਸੀ, 24 ਨੂੰ ਸੀ, 24 ਨੂੰ 24 ਬਹਿਸ ਸੀਗੀ, ਦੂਸਰੇ ਪਾਸੇ ਦੋਨੇ ਸਾਈਡ ਤੋਂ ਬਹਿਸ ਸੀ, ਬਹੁਤ ਲੰਬੀ ਚੌੜੀ ਹੋ ਰਹੀ ਸੀ, ਸੁਪਰੀਮ ਕੋਰਟ ਦੇ ਫੈਸਲੇ ਇੰਨੇ ਸੀ, ਡਾਕੂਮੈਂਟ ਇੰਨੇ ਸੀ, ਅਤੇ ਉਹ ਰੈਫਰੈਂਸ ਕਰਕੇ ਫਿਰ ਬਹਿਸ ਜ਼ਿਆਦਾ ਹੋਈ। ਠੀਕ ਹੈ, ਅਤੇ ਫਿਰ ਇਸ ਤਰ੍ਹਾਂ ਜਦੋਂ ਬਹਿਸ ਜ਼ਿਆਦਾ ਹੋਈ ਆ ਤਾਂ ਫਿਰ ਉਸ ਫੈਸਲੇ ਨੂੰ ਵੀ ਟਾਈਮ ਲੱਗਣਾ। ਠੀਕ ਹੈ, ਤਾਂ ਹੁਣ ਜਿਹੜੀ ਸੁਨਾਮ ਕੋਰਟ ਦੇ ਵੱਲੋਂ ਸਜ਼ਾ ਸੀ ਉਹਦੇ ਉੱਪਰ ਸਟੇਅ ਮਿਲ ਚੁੱਕੀ? ਹਾਂ, ਉਹ ਕਨਵਿਕਸ਼ਨ ਸਟੇਅ ਹੋ ਗਈ ਹੈ ਜੀ, ਕਨਵਿਕਸ਼ਨ ਸਟੇਅ ਹੋ ਗਈ ਹੈ, ਸਜ਼ਾ ਨਹੀਂ ਕਨਵਿਕਸ਼ਨ ਵੀ ਸਟੇਅ ਹੋ ਗਿਆ, ਸਜ਼ਾ ਤਾਂ ਜਿਹੜੀ ਹੈਗੀ ਆ ਕਨਵਿਕਸ਼ਨ ਸਟੇਅ ਹੋ ਗਈ ਹੈ। ਠੀਕ ਹੈ, ਠੀਕ ਹੈ, ਤਾਂ ਇੱਕ ਵੱਡੀ ਖਬਰ ਅਮਨ ਅਰੋੜਾ ਕੈਬਨਿਟ ਮਿਨਿਸਟਰ ਦੀ, ਇੱਕ ਵੱਡੀ ਰਾਹਤ ਸੰਗਰੂਰ ਕੋਰਟ ਤੋਂ ਮਿਲੀ ਆ, ਜੋ ਕਨਵਿਕਸ਼ਨ ਸਟੇ ਉਹਨਾਂ ਦੀ ਹੋ ਚੁੱਕੀ ਆ। ਸੁਨਾਮ ਕੋਰਟ ਦੇ ਵੱਲੋਂ ਜੋ ਫੈਸਲਾ ਸੁਣਾਇਆ ਗਿਆ ਸੀ, ਅਮਨ ਅਰੋੜਾ ਉਹਨਾਂ ਦੇ 85 ਸਾਲ ਦੇ ਮਾਤਾ ਅਤੇ ਉਹਨਾਂ ਦੇ 9 ਹੋਰ ਸਾਥੀਆਂ ਨੂੰ 2-2 ਸਾਲ ਦੀ ਸਜ਼ਾ ਸੁਣਾਈ ਗਈ ਸੀ, ਤਾਂ ਉਸ ਕੇਸ ਦੇ ਵਿੱਚ ਇੱਕ ਵੱਡੀ ਰਾਹਤ ਜਿਹੜੀ ਹੈਗੀ ਆ ਅਮਨ ਅਰੋੜਾ ਨੂੰ ਹੁਣ ਸੰਗਰੂਰ ਕੋਰਟ ਤੋਂ ਮਿਲੀ ਆ। ਤਾਂ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਨੂੰ ਲੈ ਕੇ ਕੀ ਨਤੀਜੇ ਨਿਕਲਦੇ ਨੇ। ਚਰਨਜੀਵ ਕੌਸ਼ਲ, ਸੰਗਰੂਰ ਤੋਂ ਨਿਊਜ਼ 18 ਪੰਜਾਬ।